ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀ ਵੀ ਅਤੇ ਪ੍ਰੋਗਰਾਮ ਹੈ ਪ੍ਰਾਈਮ ਡਿਸਕਸ਼ਨ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਅਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਆਪਣੇ ਸਭ ਨਾਲ ਚਰਚਾ ਕਰਾਂਗੇ। ਇੱਕ ਤਾਂ ਇਸ ਵਕਤ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਦੁਬਾਰਾ ਚਰਚਾ 'ਚ ਹੈ, ਕਿਉਂ ਹੈ ਅਤੇ ਐਸਾ ਕਿਹੜਾ ਮਾਣ ਉਹਨਾਂ ਨੂੰ ਦੁਬਾਰਾ ਹਾਸਲ ਹੋਇਆ ਜੀ, ਉਹ ਜ਼ਿਕਰ ਆਪਾਂ ਕਰਾਂਗੇ। ਦੂਸਰੇ ਪਾਸੇ ਦਿੱਲੀ ਦੇ ਵਿੱਚ ਹਿੰਸਾ ਹੋਈ ਨੂੰ ਤਾਂ ਹੁਣ ਕੁਝ ਦਿਨ ਹੋ ਗਏ ਨੇ, ਪਰ ਹੁਣ ਕੁਝ ਇੱਕ ਰਿਪੋਰਟਾਂ ਦੇ ਉੱਪਰ ਇੱਕ ਨਵੀਂ ਤਰ੍ਹਾਂ ਦੀ ਚਰਚਾ ਚੱਲ ਪਈ ਹੈ, ਜਿਹਦੇ 'ਤੇ ਕੁਝ ਨਿਊਜ਼ ਚੈਨਲਾਂ ਵੱਲੋਂ ਇਸ ਚੀਜ਼ ਦਾ ਕਹਿ ਲਓ ਕਿ ਦਾਅਵਾ ਕੀਤਾ ਜਾ ਰਿਹਾ ਕਿ ਕੋਈ ਹੋਮ ਮਿਨਿਸਟਰੀ ਦੀ ਰਿਪੋਰਟ ਹੈ ਜਿਹੜੀ ਕਿ ਉਹਨਾਂ ਦੇ ਕੋਲ ਲੀਕ ਹੋਈ ਹੈ, ਪਰ ਹੋਮ ਮਿਨਿਸਟਰੀ ਉਹਦੇ ਤੋਂ ਹੁਣ ਇਤਰਾਜ਼ ਕਰ ਰਹੀ ਜਾਂ ਇਨਕਾਰ ਕਰ ਰਹੀ ਹੈ, ਉਹ ਕੀ ਮਸਲਾ ਪਾ ਉਹਦੀ ਗੱਲ ਵੀ ਕਰਾਂਗੇ। ਅਤੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਚਿੱਠੀਆਂ ਵਾਲਾ ਦੌਰ ਚੱਲਦਾ ਪਿਆ, ਇੱਕ ਤੋਂ ਬਾਅਦ ਦੂਜੀ ਚਿੱਠੀ, ਦੂਜੀ ਤੋਂ ਬਾਅਦ ਤੀਜੀ ਚਿੱਠੀ, ਉਹ ਕੀ ਕਹਾਣੀ ਹੈ, ਕੁਝ ਗੱਲਾਂ ਹੋਰ ਨੇ ਉਹ ਵੀ ਵਿਚਾਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਪਨ ਸਾਹਿਬ ਦਾ। ਪਨ ਸਾਹਿਬ ਬਾਬਾ ਸਵਾਗਤ ਜੀ। ਜੀ ਸ਼ੁਕਰ। ਪਨ ਸਾਹਿਬ, ਮੈਂ ਮਹਾਰਾਜਾ ਰਣਜੀਤ ਸਿੰਘ ਵਾਲੇ ਪਾਸੇ ਆਉਣ ਤੋਂ ਪਹਿਲਾਂ ਇਹ ਕਾਂਗਰਸ ਪਾਰਟੀ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਇਹ ਜਿਹੜਾ ਚਿੱਠੀਆਂ ਵਾਲਾ ਕੰਮ ਸ਼ੁਰੂ ਹੋ ਗਿਆ, ਹਾਲਾਂਕਿ ਹੁਣ ਚਿੱਠੀਆਂ ਖੈਰ ਵੈਸੇ ਤਾਂ ਕੋਈ ਰੈਗੂਲਰ ਨਹੀਂ ਲਿਖਦਾ ਕਿਸੇ ਨੂੰ, ਪਰ ਕਾਂਗਰਸ ਪਾਰਟੀ ਦੇ ਵਿੱਚ ਚਿੱਠੀਆਂ ਜਿਹੜੀਆਂ ਉਹ ਇਸ ਵਕਤ ਬੰਬ ਦਾ ਰੂਪ ਅਖਤਿਆਰ ਕਰੀ ਬੈਠੀਆਂ, ਅਤੇ ਐਤਕੀਆਂ ਵਾਲਾ ਬੰਬ ਤਾਂ ਦਿੱਲੀ ਵੱਲੋਂ ਘੁਮਾ ਕੇ ਸੁੱਟਿਆ ਲੱਗਦਾ, ਇਹ ਥੋੜ੍ਹਾ ਜਿਹਾ ਸਮਝਾਓ। ਦੇਖੋ, 40-45 ਸਾਲ ਪਹਿਲਾਂ ਕੁਲਦੀਪ ਮਾਣਕ ਨੇ ਗਾਇਆ ਸੀ ਜੀ, ਜਿਹੜੀ ਚਿੱਠੀ ਵਾਲੀ ਬਾਤ ਹੁੰਦੀ ਅੱਧੀ ਮੁਲਾਕਾਤ। ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਇਕੱਠਿਆਂ 'ਚ ਬਹਿ ਕੇ ਚਾਹ ਪੀਣੀ ਆ ਜੀ। ਉਹ ਜੇ ਚਿੱਠੀ ਇੱਧਰ ਲਿਖਦਾ ਕੈਪਟਨ ਅਮਰਿੰਦਰ ਸਿੰਘ ਨੂੰ, ਇਹੋ ਚਿੱਠੀ ਇਹਦੀ ਕਾਪੀ ਭੇਜ ਦਿੰਦਾ ਜਿਹੜੀ ਉਹਨੇ ਕੇਂਦਰੀ ਕਾਨੂੰਨ ਮੰਤਰੀ ਨੂੰ ਭੇਜੀ ਆ, ਤਾਂ ਵੀ ਅੱਧੀ ਕੁ ਮੁਲਾਕਾਤ ਹੋ ਜਾਣੀ ਸੀ ਜੀ। ਉਹਨੇ ਇੱਧਰ ਨਹੀਂ ਭੇਜੀ, ਚਿੱਠੀ ਭੇਜ ਦਿੱਤੀ ਆ ਕੇਂਦਰੀ ਕਾਨੂੰਨ ਮੰਤਰੀ ਨੂੰ ਕਿ ਡਰੱਗ ਦਾ ਇਸ਼ੂ ਆ, ਸਾਡੀ ਸਪੈਸ਼ਲ ਟਾਸਕ ਫੋਰਸ ਬਣੀ ਆ, ਆਹ ਹੋਇਆ ਉਹ ਹੋਇਆ, ਫਲਾਣੇ ਦਾ ਨਾਂ ਆਇਆ, ਫਲਾਣਾ ਹਾਈਕੋਰਟ ਚਲਾ ਗਿਆ ਜੀ, ਸਾਰੇ ਦਾ ਸਾਰਾ ਖਿਲਾਰਾ ਉੱਥੇ ਪਾ ਦਿੱਤਾ। ਇਹ ਤੋਂ ਪਹਿਲਾਂ ਇੱਕ ਚਿੱਠੀ ਲਿਖੀ ਸੀ ਪ੍ਰਗਟ ਸਿੰਘ ਨੇ, ਜਿਹੜਾ ਜਲੰਧਰ ਕੈਂਟ ਦਾ ਕਾਂਗਰਸ ਪਾਰਟੀ ਦਾ ਵਿਧਾਇਕ, ਉਹਦੀ ਚਿੱਠੀ ਬਹੁਤ ਡਿਟੇਲ ਵਿੱਚ ਸੀ ਜੀ, ਪਰ ਉਹ ਚਿੱਠੀ 'ਚੋਂ ਕਾਂਗਰਸ ਦਾ MLA ਪ੍ਰਗਟ ਸੋ ਨਹੀਂ ਸੀ ਲੱਭਦਾ। ਹਾਕੀ ਛੱਡਣ ਤੋਂ ਬਾਅਦ ਉਹਨੇ ਇੱਕ ਮੈਗਜ਼ੀਨ ਛਾਪਿਆ ਸੀਗਾ, ਅਖਬਾਰ ਉਹ ਰਸਾਲਾ ਛਾਪਦਾ ਹੁੰਦਾ ਸੀ, ਉਹਦਾ ਨਾਂ ਸੀ ਇਨਸਾਈਡ ਹਾਕੀ, ਅਤੇ ਉਹਦਾ ਐਡੀਟਰ ਸੀ ਪ੍ਰਗਟ ਜੀ। ਉਹ ਚਿੱਠੀ ਜਿਸ ਤਰ੍ਹਾਂ ਲਿਖੀ ਗਈ ਸੀ, ਉਹਦੇ 'ਚੋਂ ਕੋਈ ਐਡੀਟਰ ਜਿਹੜਾ ਉਹ ਬੋਲਦਾ ਲੱਭਦਾ ਸੀ, ਇਸ ਢੰਗ ਨਾਲ ਬਣਾਈ ਸੀ ਉਹਨੇ, ਫਿਰ ਉਹਨੇ ਤਕਰੀਰ ਵੀ ਉੱਥੇ ਕੀਤੀ ਸੀ। ਇਹ ਮੁੱਦੇ ਪੰਜਾਬ ਦੇ ਆ, ਜਿਹੋ ਜਿਹੇ ਮੁੱਦਿਆਂ ਨੂੰ ਵੇਲੇ ਸਿਰ ਸੰਭਾਲਿਆ ਨਾ ਜਾਵੇ, ਉਹ ਗਲੀਓ ਗਲੀ ਤੁਰੇ ਪੈਂਦੇ ਆ। ਜਦੋਂ ਇੱਕ ਵਾਰੀ ਗੱਲ ਗਲੀਓ ਗਲੀ ਪੈ ਗਈ, ਫਿਰ ਤਾਂ ਭਾਵੇਂ ਚੰਡੀਗੜ੍ਹ ਤੱਕ ਰਹੇ ਜੀ ਅਤੇ ਭਾਵੇਂ ਦਿੱਲੀ ਜਾਵੇ, ਉਹਨੂੰ ਮੁੜ ਕੇ ਰੋਕਿਆ ਨਹੀਂ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਦੇ ਬਾਰੇ, ਇਸ ਵਾਰੀ ਉਹਦੀ ਸਰਕਾਰ ਬਾਰੇ, ਜੋ ਕੁਝ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਵੱਖ ਵੱਖ ਵਿਧਾਇਕਾਂ ਨੇ ਆਖਿਆ, ਉਹ ਹੁਣ ਉਹਦੇ ਤੋਂ ਵੱਧ ਤਾਂ ਆਖਿਆ ਹੀ ਨਹੀਂ ਜਾ ਸਕਦਾ। ਬਹੁਤ ਸਾਰੇ ਵਿਧਾਇਕਾਂ ਨੇ ਉੱਥੇ ਖੁੱਲ੍ਹ ਕੇ ਆਖਿਆ ਕਿ ਸਰਕਾਰ ਨਹੀਂ ਕੁਛ ਕਰ ਰਹੀ ਜੀ। ਉਹਨਾਂ ਇਹ ਵੀ ਆਖਿਆ, ਸਰਕਾਰ ਜੀ ਤੁਸੀਂ ਕੁਛ ਕਰੋ, 2 ਸਾਲ ਰਹਿ ਗਏ, ਨਹੀਂ ਤਾਂ ਆਪਾਂ ਮਾਰੇ ਜਾਵਾਂਗੇ। ਇਹ ਵੀ ਆਖਿਆ ਕਿ ਡਰੱਗ ਦੇ ਧੰਦੇ ਨੂੰ ਚਲਾਉਣ ਵਾਲੇ ਜਿਹੜੇ ਉਹ ਸਾਨੂੰ ਡਰੱਗ ਦੇ ਮਿਹਣੇ ਦੇਣ ਡਏ ਆ, ਅਤੇ ਤੁਸੀਂ ਕੀ ਕਰਦੇ ਹੋ। ਪਰ ਮੁੱਖ ਮੰਤਰੀ ਨੇ ਕਿਸੇ ਗੱਲ ਦਾ ਕੋਈ ਜਵਾਬ ਜਿਹਾ ਹੀ ਨਹੀਂ ਦਿੱਤਾ, ਮੁੱਖ ਮੰਤਰੀ ਚੁੱਪ ਰਿਹਾ। ਉਹਦੇ ਚੁੱਪ ਰਹਿਣ ਕਰਕੇ ਹੁਣ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਮੌਕਾ ਮਿਲ ਗਿਆ ਕਿ ਜੇ ਇੱਥੇ ਕੋਈ ਨਹੀਂ ਸੁਣਦਾ, ਕਰਦੇ ਜੀ ਨਾ ਸੁਣਨ, ਤਾਂ ਫਿਰ ਬੰਦਾ ਜਾ ਕੇ ਸਰੀਕਾਂ ਕੋਲ ਵੀ ਗੱਲ ਕਰਦਾ ਹੀ ਹੈ ਨਾ ਜੀ। ਉਹਨੇ ਉਸ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੂੰ ਵੀ ਚਿੱਠੀ ਲਿਖੀ, ਉਹਨੇ ਜੇ ਗੱਲ ਬਾਹਰ ਕੱਢੀ ਆ, ਕੱਢਣੀ ਇਸ ਕਰਕੇ ਪਈ ਆ ਕਿਉਂਕਿ ਇੱਥੇ ਆਪਸ ਵਿੱਚ ਇਹਨਾਂ ਦੀ ਤੈਅ ਨਹੀਂ ਬੈਠਦੀ ਪਈ ਜੀ। ਪੰਜਾਬ ਦੀ ਕਾਂਗਰਸ ਦੇ ਵਿੱਚ ਇੱਕ ਪਾਰਟੀ ਦੇ ਅੰਦਰ ਕਈ ਪਾਰਟੀਆਂ ਨੇ ਕਈ ਧੜੇ ਬਣੇ ਫਿਰਦੇ ਆ। ਇਹਨਾਂ ਧੜੇਬੰਦੀਆਂ ਦੇ ਵਿੱਚੋਂ ਇਸ ਵੇਲੇ ਸਾਰਾ ਕੁਝ ਖਿਲਾਰਾ ਪਿਆ ਜਿਹੜਾ ਸਾਹਮਣੇ ਆ ਚੁੱਕਾ ਜੀ। ਹੁਣ ਕੈਪਟਨ ਅਮਰਿੰਦਰ ਸਿੰਘ 'ਤੇ ਆ ਕਿ ਉਹਨਾਂ ਨੇ ਇਹ ਜਿਹੜੀ ਡੋਲਦੀ ਬੇੜੀ ਆ ਇਹਨੂੰ ਸੰਭਾਲਣਾ, ਜਿਹੜੇ ਜਿਹੜੇ ਬੋਲਦੇ ਬੰਦੇ ਆ ਉਹਨਾਂ ਨੂੰ ਬਿਠਾ ਕੇ ਕਿਤੇ ਗੱਲ ਕਰਨੀ ਆ, ਕੁਝ ਕੰਮ ਕਰਕੇ ਪੰਜਾਬ ਦੇ ਲੋਕਾਂ ਨੂੰ ਵਿਖਾਉਣਾ, ਜਾਂ ਫਿਰ ਇਹ ਸਮਝਣਾ ਕਿ ਹੁਣ ਕਰਨ ਦੀ ਕੁਛ ਲੋੜ ਨਹੀਂ ਅਤੇ ਅਖੀਰਲੇ 2 ਸਾਲਾਂ ਵਿੱਚ ਜਾ ਜਾਂਦੀਏ ਉੱਧਰਲੇ ਪਾਸੇ ਨੂੰ ਮੂੰਹ ਕਰ ਲੈਣਾ। ਸਾਰਾ ਦੇ ਸਾਰਾ ਦਾਰੋਮਦਾਰ ਇਸ ਵੇਲੇ ਮੁੱਖ ਮੰਤਰੀ 'ਤੇ ਆ। ਪਰ ਇਹ ਚਿੱਠੀ 'ਚ ਪੰਨ ਸਾਹਿਬ ਜ਼ਿਕਰ 2013 ਤੋਂ ਸ਼ੁਰੂ ਕੀਤਾ, ਹੁਣ ਜੇ 2013 ਤੋਂ ਦੇਖੀਏ ਤਾਂ 3-4 ਸਾਲ ਤਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵੀ ਹੈ, ਅਤੇ ਭਾਜਪਾ ਦਾ ਹੀ ਮੰਤਰੀ ਹੈ ਜਿਹਨੂੰ ਚਿੱਠੀ ਦੇ ਵਿੱਚ ਪਾਇਆ ਗਿਆ। ਗੱਲ ਇਹ ਵੀ ਅਗਲੇ ਆਪਣੇ ਟਾਈਮ ਦੀ ਚਰਚਾ ਜਿਹੜੀ ਹੈ ਜਾਂ ਉਸ ਸਮੇਂ ਦੀ ਜਿਹੜੀ ਸਾਰਾ ਕੁਛ ਹੋਇਆ ਪੰਜਾਬ 'ਚ ਉਹਦੇ 'ਤੇ ਕਾਰਵਾਈ ਕਰਨਗੇ। ਜਿਹੜਾ ਭਾਜਪਾ ਦਾ ਕੇਂਦਰੀ ਮੰਤਰੀ ਹੈ ਜੀ, ਉਹਨੇ ਇਸ ਚਿੱਠੀ 'ਤੇ ਕੁਛ ਵੀ ਨਹੀਂ ਕਰਨਾ। ਚਿੱਠੀ ਦੀ ਕਾਪੀ ਉਹਨੇ ਪੰਜਾਬ ਸਰਕਾਰ ਨੂੰ ਭੇਜ ਦੇਣੀ ਆ ਜੀ, ਪਰ ਇਹ ਚਿੱਠੀ ਸੰਭਾਲ ਕੇ ਰੱਖ ਲਓ, ਅਕਾਲੀਆਂ ਨੂੰ ਆਖੂਗਾ। ਆ ਵੇਖੋ, ਇਕੱਲਾ ਅਸੀਂ ਨਹੀਂ ਕਹਿੰਦੇ, ਤੁਹਾਡੇ ਬਾਰੇ ਕਾਂਗਰਸ ਦਾ MP ਵੀ ਕਹਿਣ ਡਿਆ ਜੀ, ਮਾਫ ਕਰਨਾ। ਹੁਣ ਤਾਂ ਭੱਲੇ ਦੀ ਚਿੱਠੀ ਆ ਪ੍ਰਤਾਪ ਸਿੰਘ ਬਾਜਵੇ ਦੀ, ਕਾਂਗਰਸ ਪਾਰਟੀ ਦੇ MP ਦੀ, ਜਿਹਦੇ 'ਚ 2013 ਤੋਂ ਲੈ ਕੇ ਗੱਲ ਕੀਤੀ ਗਈ ਹੈ।
ਪਰ ਜੇ ਉਦੋਂ ਪਛਾਂ ਅਸੀਂ ਵੇਖੀਏ ਤਾਂ 2014 'ਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਅਤੇ ਉਹਦੇ ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਜਲੰਧਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ 'ਚ ਬਿਕਰਮ ਸਿੰਘ ਮਜੀਠੀਆ ਦੀ ਪੁੱਛਗਿੱਛ ਹੋਈ ਸੀ, ਕੱਲ੍ਹ ਤਾਂ ਹੋਈ ਸੀ, ਉਹ ਮਸਲੇ ਤਾਂ ਅਜੇ ਤੱਕ ਪੈਂਡਿੰਗ ਨੇ ਜੀ। ਜਿਹੜਾ ਅਮਰਪਾਲ ਸਿੰਘ ਬੋਨੀ ਪਿਛਲੇ ਹਫ਼ਤੇ ਇਹਨਾਂ ਨੇ ਅਕਾਲੀ ਦਲ 'ਚ ਵਾਪਸ ਲੈ ਲਿਆ, ਪਹਿਲਾਂ ਉਹ ਛੱਡ ਕੇ ਟਕਸਾਲੀ ਦਲ 'ਚ ਚਲਾ ਗਿਆ ਸੀ, ਉਹ ਟਕਸਾਲੀ ਤੋਂ ਅਕਾਲੀ ਦਲ ਵੱਲ ਵਾਪਸ ਆਇਆ, ਉਹਨੇ ਜਿਹੜਾ ਅਦਾਲਤ ਵਿੱਚ ਬਿਆਨ ਦਿੱਤਾ ਹੋਇਆ ਉਹ ਤਾਂ ਐਸ ਪ੍ਰਤਾਪ ਸਿੰਘ ਬਾਜਵੇ ਦੀ ਚਿੱਠੀ ਨਾਲੋਂ ਵੀ 100 ਗੁਣਾ ਖਤਰਨਾਕ ਆ, ਕਿਉਂਕਿ ਉਹਦੇ 'ਚ ਉਹਨੇ ਇਕੱਲੇ ਇਕੱਲੇ ਨਾਂ ਗਿਣ ਗਿਣ ਕੇ ਇਹਨਾਂ ਦੇ ਖਿਲਾਫ਼ ਦੋਸ਼ ਲਾਏ ਨੇ ਅਤੇ ਅਦਾਲਤ ਦੇ ਰਿਕਾਰਡ ਦੇ ਉੱਤੇ ਉਹ ਬਿਆਨ ਆਏ ਹੋਏ ਨੇ, ਉਹਦਾ ਕੀ ਕਰੇਗਾ? ਇਸ ਕਰਕੇ ਉਹ ਬੀਜੇਪੀ ਵਾਲੇ ਨੇ ਕਰਨਾ ਤਾਂ ਹੈ ਕੁਛ ਨਹੀਂ, ਉਹਨਾਂ ਦੀ ਫਾਈਲ ਅਕਾਲੀਆਂ ਦੇ ਖਿਲਾਫ਼ ਭਾਰੀ ਹੋ ਗਈ। ਚਲੋ, ਇਹ ਵੀ ਆਉਣ ਵਾਲਾ ਸਮਾਂ ਦੱਸੂਗਾ। ਇੱਕ ਪੰਨ ਸਾਹਿਬ, ਜਿਹੜਾ ਪਿਛਲੇ ਦਿਨਾਂ 'ਚ ਜੋ ਕੁਛ ਦਿੱਲੀ 'ਚ ਵਾਪਰਿਆ ਉਹ ਸਾਰੇ ਕੁਛ ਦੇ ਉੱਪਰ ਹੁਣ, ਕਿਉਂਕਿ ਇਸ ਵਕਤ ਸੰਸਦ ਦੀ ਕਾਰਵਾਈ ਚੱਲਦੀ ਪਈ ਹੈ ਅਤੇ ਉੱਥੇ ਹੁਣ ਪੁੱਛਦੇ ਤਾਂ ਹੈਗੇ ਆ ਵਿਰੋਧੀ, ਅਤੇ ਸੁਣ 'ਚ ਇਹ ਆਉਂਦਾ ਇੱਕ ਨਿਊਜ਼ ਚੈਨਲ ਹੈ, ਉਹਨਾਂ ਨੇ ਆਖਿਆ ਕਿ ਵੀ ਸਾਡੇ ਕੋਲ ਕੋਈ ਅੰਦਰਲੀ ਰਿਪੋਰਟ ਹੈ ਜਿਹਦੀ ਕਾਪੀ ਹੈ, ਜਿਹਦੇ 'ਚ ਹੁਣ ਇਹ ਹੈ ਕਿ ਸ਼ਾਇਦ ਹੋਮ ਮਿਨਿਸਟਰੀ ਦਿੱਲੀ ਦੀ ਪੁਲਿਸ 'ਤੇ ਕੋਈ ਕਾਰਵਾਈ, ਭਾਵੇਂ ਉਹ ਤਬਾਦਲੇ ਦੇ ਰੂਪ 'ਚ ਹੋਵੇ, ਸਸਪੈਂਸ਼ਨ ਦੇ ਰੂਪ 'ਚ ਹੋਵੇ, ਉਹ ਕਰਨ ਦੇ ਰਾਹ 'ਚ ਹੈ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਸੀ ਵੀ ਹਿੰਸਾ ਹੋਣੀ ਹੈ ਅਤੇ ਉਹਨਾਂ ਨੇ ਰੋਕੀ ਨਹੀਂ। ਹਾਲਾਂਕਿ ਹੋਮ ਮਿਨਿਸਟਰੀ ਵੱਲੋਂ ਟਵੀਟ ਇਹ ਆਉਂਦਾ ਕਿ ਨਹੀਂ ਜੀ ਇੱਦਾਂ ਦੀ ਕੋਈ ਗੱਲ ਹੈ ਹੀ ਨਹੀਂ, ਹੈ ਐਵੇਂ ਝੂਠ ਮਾਰਦੇ ਆ, ਇਹਨੂੰ ਕਿਵੇਂ ਦੇਖਦੇ ਹਾਂ? ਮੈਨੂੰ ਉਸ ਚੈਨਲ ਦੀ ਰਿਪੋਰਟ ਕਾਫ਼ੀ ਹੱਦ ਤੱਕ ਠੀਕ ਲੱਗਦੀ ਹੈ ਜੀ। ਉਹ ਚੈਨਲ ਬੀਜੇਪੀ ਤੋਂ ਬਹੁਤਾ ਜ਼ਿਆਦਾ ਫਾਸਲੇ 'ਤੇ ਨਹੀਂਗਾ, ਉਹਨਾਂ ਨੂੰ ਪਤਾ ਬੀਜੇਪੀ 'ਚ ਕੀ ਹੁੰਦਾ ਅਤੇ ਉਹਨਾਂ ਨੂੰ ਪਤਾ ਸਰਕਾਰ 'ਚ ਕੀ ਹੁੰਦਾ ਜੀ। ਕੁਛ ਮਾਮਲਿਆਂ ਦੇ ਵਿੱਚ ਪਿਛਲੇ ਸਮੇਂ 'ਚ ਉਸ ਚੈਨਲ ਦੀਆਂ ਕੁਛ ਗੱਲਾਂ ਦੇ ਉੱਤੇ ਲੋਕ ਇਤਰਾਜ਼ ਵੀ ਕਰਦੇ ਰਹੇ। ਹੁਣ ਜੇ ਉਹ ਚੈਨਲ ਕਹਿੰਦਾ ਕਿ ਅੰਦਰ ਇੱਕ ਰਿਪੋਰਟ ਬਣੀ ਹੈ ਕਿ ਦਿੱਲੀ ਦੇ ਦੰਗਿਆਂ 'ਚ ਪੁਲਿਸ ਦਾ ਆਹ ਰੋਲ ਸੀ, ਪੁਲਿਸ ਨੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਇਸ ਕਰਕੇ ਕੁਝ ਪੁਲਿਸ ਵਾਲਿਆਂ 'ਤੇ ਕਾਰਵਾਈ ਹੋ ਜਾਣੀ ਹੈ, ਅਤੇ ਉਹਦੀ ਗੱਲ ਸੱਚੀ ਹੋ ਸਕਦੀ ਹੈ। ਉੱਦਾਂ ਪੁਲਿਸ ਵਾਲਿਆਂ 'ਤੇ ਕਾਰਵਾਈ ਜਿਹੜੀ ਹੋਣੀ ਆ ਜੀ, ਉਹ ਸਾਰੀ ਇਸ ਕਰਕੇ ਹੋਣੀ ਆ ਵੀ ਇੰਨੀ ਵੱਡੀ ਘਟਨਾ ਹੋ ਗਈ, ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ, ਕੁਛ ਬੰਦਿਆਂ ਦੇ ਉੱਤੇ ਤਾਂ ਜ਼ਿੰਮੇਵਾਰੀ ਰੱਖਣੀ ਪਏਗੀ ਜੀ। ਜੇ ਨਹੀਂ ਰੱਖਦੇ ਤਾਂ ਬਾਕੀ ਦੁਨੀਆਂ ਨੂੰ ਮੂੰਹ ਕੀ ਵਿਖਾਉਣਾ? ਗੁਜਰਾਤ ਵਿੱਚ ਐਡੇ ਵੱਡੇ ਦੰਗੇ ਹੋਏ ਸੀ ਜਿਨ੍ਹਾਂ ਦਾ ਸਿੱਧਾ ਦੋਸ਼ ਨਰਿੰਦਰ ਮੋਦੀ ਨਾਂ ਦੇ ਮੁੱਖ ਮੰਤਰੀ ਉੱਤੇ ਲੱਗਦਾ ਸੀ, ਉਹਦੇ ਬਾਅਦ ਇਹਨਾਂ ਨੇ ਉੱਥੇ ਵੀ ਕੁਝ ਪੁਲਿਸ ਅਫਸਰ ਇੱਧਰ ਉੱਧਰ ਲਾਏ ਸੀ, ਕੋਈ ਚਾਰਜਸ਼ੀਟ ਕਰਤੇ ਸੀ, ਬਾਅਦ 'ਚ ਉਹਨਾਂ ਨੂੰ ਬਹਾਲ ਕਰ ਲਿਆ ਗਿਆ ਸੀ। ਇੱਕ ਵਾਰੀ ਵਿਖਾਵਾ ਤੌਰ 'ਤੇ ਕੀਤੇ ਗਏ ਸਨ ਤਾਂ ਕਿ ਲੋਕਾਂ ਨੂੰ ਇਹ ਦੱਸੀਏ ਕਿ ਅਸੀਂ ਕਰਦੇ ਪਏ ਹਾਂ, ਜੇ ਕਰਦੇ ਪਏ ਵਾਲਾ ਵਿਖਾਵਾ ਉੱਥੇ ਸੀ ਤਾਂ ਇੱਥੇ ਵੀ ਹੋ ਸਕਦਾ। ਦਿੱਲੀ ਦੀ ਪੁਲਿਸ ਦਾ ਕਿਹੜਾ ਅਫਸਰ ਆ ਜਿਹੜਾ ਕੇਂਦਰ ਸਰਕਾਰ ਦੀ ਮਰਜ਼ੀ ਤੋਂ ਬਗੈਰ ਚੱਲ ਸਕਦਾ? ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਟਰੋਲ 'ਚ ਤਾਂ ਹੈ ਨਹੀਂ ਜੀ। ਦਿੱਲੀ ਦੀ ਪੁਲਿਸ ਤਾਂ ਸਿੱਧੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹੋਮ ਮਿਨਿਸਟਰੀ ਦੇ ਅੰਡਰ ਆ, ਅਤੇ ਹੋਮ ਮਿਨਿਸਟਰ ਹੋਵੇ ਅਮਿਤ ਸ਼ਾਹ ਅਤੇ ਕਿਸੇ ਪੁਲਿਸ ਵਾਲੇ ਦੀ ਜ਼ਰੂਰਤ ਆ ਕਿ ਉਹਦੀ ਮਰਜ਼ੀ ਤੋਂ ਬਗੈਰ ਕੁਛ ਕਰ ਜਾਵੇ, ਉਸ ਮਰਜ਼ੀ ਮੁਤਾਬਕ ਸਾਰਾ ਕੁਛ ਹੁੰਦਾ ਰਿਹਾ। ਜਿਹੜੇ ਪੁਲਿਸ ਵਾਲਿਆਂ ਨੇ ਇਸ ਤਰ੍ਹਾਂ ਦੀ ਢਿੱਲ ਵਿਖਾਈ ਉਹ ਵੀ ਉੱਪਰੋਂ ਕੋਈ ਨਾ ਕੋਈ ਇਸ਼ਾਰਾ ਹੋਵੇ ਤਾਂ ਵਿਖਾਈ ਹੋ ਸਕਦੀ ਹੈ, ਨਹੀਂ ਤਾਂ ਨਹੀਂ ਸੀ ਵਿਖਾਉਣੀ ਉਹਨਾਂ ਨੇ। ਜਦੋਂ ਇੰਨਾ ਕੁਛ ਵਾਪਰਦਾ ਪਿਆ, ਬੀਜੇਪੀ ਦੇ ਲੀਡਰ ਜਾ ਕੇ ਭੀੜ ਨੂੰ ਉਕਸਾਉਂਦੇ ਪਏ, ਉਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਤੇ ਬੋਲੇ ਸੀ ਜੀ? ਜੇ ਉਹ ਨਹੀਂ ਬੋਲੇ, ਪ੍ਰਧਾਨ ਮੰਤਰੀ ਨਹੀਂ ਬੋਲੇ, ਉਹਨਾਂ ਦਾ ਕੋਈ ਹੋਰ ਲੀਡਰ ਉਹਨਾਂ ਨੂੰ ਟੋਕਣ ਵਾਸਤੇ ਅੱਗੇ ਨਹੀਂ ਆਇਆ, ਉਹ ਸਾਰਾ ਕੁਝ ਹੋ ਚੁੱਕਾ, ਅਤੇ ਪੁਲਿਸ ਉਹਨਾਂ ਤੋਂ ਵੱਖਰੀ ਨਹੀਂ ਸੀ। ਪੁਲਿਸ ਨੇ ਜੋ ਕੁਝ ਕੀਤਾ ਉਹ ਲਗਭਗ ਉੱਪਰਲੇ ਸੰਕੇਤ ਜਿਹੜੇ ਮਿਲਦੇ ਸੀ ਉਹਨਾਂ ਮੁਤਾਬਕ ਕੀਤਾ, ਪਰ ਕਰਨ ਦੇ ਬਾਵਜੂਦ ਹੁਣ ਲੋਕਾਂ ਦੇ ਸਾਹਮਣੇ ਸੱਚੇ ਰਹਿਣ ਵਾਸਤੇ ਕੁਝ ਨਾ ਕੁਝ ਕਾਰਵਾਈ ਕਰਨੀ ਪੈਣੀ ਹੈ। ਉਹਦੇ 'ਚੋਂ ਲੱਗਦਾ ਕਿ ਇੱਕ ਮੀਡੀਆ ਚੈਨਲ ਨੂੰ ਰਿਪੋਰਟ ਮਿਲ ਗਈ, ਉਹਨੇ ਲੋਕਾਂ ਸਾਹਮਣੇ ਰੱਖ ਦਿੱਤੀ ਜੀ। ਹੁਣ ਸਰਕਾਰ ਇਹ ਦੱਸਣਾ ਵੀ ਨਹੀਂ ਚਾਹੁੰਦੀ ਵੀ ਅਸੀਂ ਰਿਪੋਰਟ ਰੱਖੀਏ, ਕਿਉਂਕਿ ਜੇ ਦੱਸ ਦੇਣ ਅਤੇ 11-12 ਤਰੀਕ ਨੂੰ ਜਾ ਕੇ ਜੋ ਪਾਰਲੀਮੈਂਟ ਜਵਾਬ ਦੇਣਾ ਅਤੇ ਫਿਰ ਉਹ ਪ੍ਰਿਵਿਲੇਜ ਮੋਸ਼ਨ ਆ ਸਕਦਾ ਕਿ ਸਾਨੂੰ ਜਵਾਬ ਦੇਣ ਤੋਂ ਪਹਿਲਾਂ ਇਹ ਰਿਪੋਰਟ ਤਾਂ ਮੀਡੀਆ 'ਚ ਲੀਕ ਹੋ ਗਈ ਜੀ। ਉਹ ਹੁਣ ਥੋੜ੍ਹਾ ਬਹੁਤ ਭੰਨ ਘੜ ਕੇ ਕਰਕੇ 19-21 ਇੱਧਰੋਂ ਉੱਧਰ ਅਦਲਾ ਬਦਲੀ ਕਰਕੇ ਫਿਰ ਪਾਰਲੀਮੈਂਟ 'ਚ ਪੇਸ਼ ਕਰਨਗੇ। ਚਲੋ, ਉਹ ਵੀ 11-12 ਤਰੀਕ ਦਾ ਸਮਾਂ ਉਹਨਾਂ ਦਿੱਤਾ, ਕੀ ਬਣਦਾ ਲੱਗ ਜੂ ਪਤਾ। ਇੱਕ ਪੰਨ ਸਾਹਿਬ, ਹੁਣ ਜਿਹੜੀ ਅੱਜ ਗੱਲ ਕਰਨੀ ਉਹ ਕਰਨੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਬਾਰੇ, ਕਿਉਂਕਿ BBC ਵਰਲਡ ਮੈਗਜ਼ੀਨ ਵੱਲੋਂ ਦੁਨੀਆ ਦੇ ਸਰਵੋਤਮ ਸ਼ਾਸਕਾਂ ਦੀ ਜਿਹੜੀ ਪੋਲ ਹੋਈ ਆ ਉਸ ਪੋਲਿੰਗ ਦੇ ਵਿੱਚ ਨੰਬਰ 1 ਮਹਾਰਾਜਾ ਰਣਜੀਤ ਸਿੰਘ ਨੂੰ ਗਿਣਿਆ ਗਿਆ। 38% ਵੋਟਿੰਗ ਉਹਨਾਂ ਦੇ ਹੱਕ 'ਚ ਹੋਈ, ਅਤੇ ਇਹਦੇ 'ਤੇ ਲਗਭਗ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਲੀਡਰਾਂ ਵੱਲੋਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ। ਕੈਪਟਨ ਸਾਹਿਬ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ, ਤੁਸੀਂ ਕਿਵੇਂ ਦੇਖਦੇ? ਦੇਖੋ, ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ, ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮਹਾਰਾਜਾ ਜਿਹਨੂੰ ਬੜਾ ਪ੍ਰਤਾਪੀ ਮਹਾਰਾਜਾ ਗਿਣਿਆ ਜਾਂਦਾ ਜੀ, ਮਹਾਰਾਜਾ ਰਣਜੀਤ ਸਿੰਘ ਦਾ ਨਾਂ ਦੁਨੀਆ ਭਰ ਦੇ ਵਿੱਚ ਜੇ ਧੁੰਮ ਪੈ ਗਈ ਹੈ, ਸਾਡੇ ਲਈ ਮਾਣ ਵਾਲੀ ਗੱਲ ਹੈ। ਔਰ ਉਹ ਹੈ ਵੀ ਸੀ, ਉਹ ਜਿਹੜਾ ਸੀ ਨਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋੜ ਦੇ ਮੁਲਕ ਹਿਲਾਇਆ ਗਿਆ, ਸ਼ਾਹ ਮੁਹੰਮਦ ਨੇ ਲਿਖਿਆ ਸੀ, ਔਰ ਜਿਹੜਾ ਉਹਨੇ ਅਖੀਰ 'ਤੇ ਆਖਿਆ ਸੀ ਸ਼ਾਹ ਮੁਹੰਮਦ ਆ ਜਾਣ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ, ਉਹਦੇ ਵਿੱਚ ਉਹਨੇ ਸਾਰੇ ਇਹਦੇ ਜਿੰਨੀ ਕੁ ਇਹਦੀ ਕਾਰਗੁਜ਼ਾਰੀ ਸੀ, ਜਿੰਨੇ ਇਹਦੇ
ਮਿਲਟਰੀ ਆਪਰੇਸ਼ਨ ਸੀ, ਜਿੱਦਾਂ ਦਾ ਇਹਦਾ ਰਾਜ ਸੀ, ਜੋ ਕੁਛ ਸੀ ਉਹ ਸਾਰੇ ਕੁਝ ਦਾ ਹਵਾਲਾ ਦਿੱਤਾ ਸੀ। ਉਹਦੇ ਵਿੱਚ ਹੀ ਉਹਨੇ ਇਹ ਲਿਖਿਆ ਸੀਗਾ ਕਿ ਇਹਦੇ ਰਾਜ ਵਿੱਚ ਚੰਗੀਆਂ ਗੱਲਾਂ ਕਿਹੜੀਆਂ ਸਨ, ਬਾਅਦ ਵਿੱਚ ਇਹ ਰਾਜ ਉਖੜਿਆ ਕਿੱਦਾਂ ਉਹ ਵੀ ਉਹਨੇ ਦੱਸਿਆ ਸੀ। ਪਰ ਉਖੜਿਆ ਤਾਂ ਇਹ ਤੋਂ ਬਾਅਦ ਹੀ ਆ, ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਜਿਹੜੀ ਈਸਟ ਇੰਡੀਆ ਕੰਪਨੀ ਅਤੇ ਜਿਹੜੇ ਅੰਗਰੇਜ਼ ਹਰ ਪਾਸੇ ਜਿੱਧਰ ਜਾਂਦੇ ਹਰ ਕਿਸੇ ਨੂੰ ਹਰਾਈ ਜਾਂਦੇ ਸੀ, ਔਰ ਇਹ ਚਰਚਾ ਚੱਲਦੀ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ, ਕਿਉਂਕਿ ਸੂਰਜ ਜਦੋਂ ਚੜ੍ਹਦਾ ਅਤੇ ਉੱਥੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਜਦੋਂ ਚੜ੍ਹਨ ਲੱਗਦਾ ਉੱਥੇ ਅੰਗਰੇਜ਼ਾਂ ਦਾ ਰਾਜ ਹੈ, ਜਦੋਂ ਜਾ ਕੇ ਡੁੱਬਦਾ ਅਤੇ ਉੱਥੇ ਜਾ ਕੇ ਕੈਨੇਡਾ ਅਮਰੀਕਾ 'ਚ ਵੀ ਕੈਨੇਡਾ ਵਿੱਚ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ, ਇਸ ਕਰਕੇ ਕਹਿੰਦੇ ਹੁੰਦੇ ਰਾਜ 'ਚ ਸੂਰਜ ਨਹੀਂ ਡੁੱਬਦਾ। ਪਰ ਉਹ ਜਦੋਂ ਸਤਲੁਜ 'ਤੇ ਆਏ ਅਤੇ ਅਗਲੇ ਪਾਸੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਉਹਨਾਂ ਨੂੰ ਸਤਲੁਜ ਪਾਰ ਨਹੀਂ ਸੀ ਕਰਨ ਦਿੱਤਾ, ਉਦੋਂ ਤੱਕ ਉਹਨੇ ਇਹਨਾਂ ਨੂੰ ਇੱਥੇ ਬੰਨ੍ਹੀ ਰੱਖਿਆ ਸੀ, ਇੱਕ ਸਮਝੌਤਾ ਵੀ ਕੀਤਾ ਅਤੇ ਇਸ ਗੱਲ 'ਤੇ ਸੀ ਕਿ ਖਬਰਦਾਰ ਸਤਲੁਜ ਪਾਰ ਨਾ ਕਰਿਓ ਜੀ। ਉਹਦਾ ਹੀ ਜਰਨੈਲ ਸੀਗੇ ਜਿਨ੍ਹਾਂ ਨੇ ਅਫਗਾਨਿਸਤਾਨ ਸਰ ਕੀਤਾ, ਨਹੀਂ ਤਾਂ ਪਹਿਲਾਂ ਅਫਗਾਨਿਸਤਾਨ ਤੱਕ ਪਹੁੰਚਦਾ ਕੌਣ ਸੀ, ਭਾਵੇਂ 3 ਦਿਨ ਤੱਕ ਹੀ ਰੱਖਿਆ। ਉਹਦਾ ਹੀ ਜਰਨੈਲ ਸੀਗਾ ਜਿਹੜਾ ਜ਼ੋਰਾਵਰ ਸਿੰਘ, ਉਹ ਇੱਥੋਂ ਅੱਜ ਜਿੰਨੇ ਕੁ ਹੈਗੇ ਆ ਬਾਲਟਿਸਤਾਨ, ਲੇਹ, ਲੱਦਾਖ, ਚਸ਼ੂਲ, ਅੱਗੋਂ ਤਿੱਬਤ ਤੋਂ ਵੀ ਗਾਂ ਚੀਨ ਦੇ ਇਲਾਕੇ ਚਲਾ ਗਿਆ। ਅੱਜ ਵੀ ਚੀਨ ਦੇ ਵਿੱਚ ਇੱਕ ਕਿਲ੍ਹਾ ਜਿਹਦਾ ਨਾਂ ਉਹਨੇ ਜ਼ੋਰਾਵਰ ਫੋਰਟ ਰੱਖਿਆ ਸੀਗਾ, ਹਿਸਟਰੀ ਦੇ ਵਿੱਚ ਅਜੇ ਵੀ ਜ਼ੋਰਾਵਰ ਫੋਰਟ ਹੈ, ਬਾਅਦ 'ਚ ਚੀਨੀਆਂ ਨੇ ਉਹਦਾ ਨਾਂ ਬਦਲ ਲਿਆ, ਉਹ ਉੱਥੋਂ ਤੱਕ ਪਹੁੰਚ ਗਏ ਸਨ। ਇਹਦੀ ਧੁੰਮ ਜਿਹੜੀ ਸੀ ਵੱਖਰੀ ਕਿਸਮ ਦੀ ਸੀ। ਹੁਣ ਜਿਹੜਾ ਇਹ BBC ਨੇ ਹਿਸਟਰੀ ਮੈਗਜ਼ੀਨ ਦੇ ਵੱਲੋਂ ਇੱਕ ਸਰਵੇ ਕਰਾਇਆ, ਉਹਦੇ 'ਚ 2-4-5 ਬੰਦੇ ਤਾਂ ਨਹੀਂ ਸੀ, ਬਹੁਤ ਸਾਰੇ ਲੋਕ ਸਨ। ਮਹਾਰਾਜਾ ਰਣਜੀਤ ਸਿੰਘ ਦਾ ਨਾਮ ਵੀ ਉਹ 'ਚ ਸੀ ਜੀ, ਅਕਬਰ ਦੀ ਗ੍ਰੇਟ ਦਾ ਨਾਮ ਵੀ ਉਹਦੇ ਵਿੱਚ ਸੀ, ਉਹਦੇ ਵਿੱਚ ਅਲੈਗਜੈਂਡਰ ਦੀ ਗ੍ਰੇਟ ਦਾ ਨਾਮ ਵੀ ਸੀ। ਆ ਹੁਣ ਵਾਲੀ ਜਿਹੜੀ ਕੁਵੀਨ ਆ ਅੰਗਰੇਜ਼ਾਂ ਦੀ, ਐਲਜ਼ਾਬੈਥ ਸੈਕਿੰਡ ਜੀ, ਇਹ ਤੋਂ ਪਹਿਲਾਂ ਐਲਜ਼ਾਬੈਥ ਫਸਟ ਹੁੰਦੀ ਸੀ, ਉਹਦਾ ਨਾਮ ਹੀ ਸੀ ਉਸ ਕੁਵੀਨ ਦਾ। ਜੁਆਨ ਆਫ ਆਰਕ ਦਾ ਨਾਮ ਹੀ ਸੀ, ਜਿਹਨੂੰ ਪਹਿਲਾਂ ਚਰਚ ਨੇ ਇੱਕ ਚੜੇਲ ਆਖਿਆ ਸੀ ਅਤੇ ਬਾਅਦ 'ਚ ਚਰਚ ਨੇ ਆਖਿਆ ਸਾਡੇ ਤੋਂ ਗਲਤੀ ਹੋ ਗਈ ਹੈ, ਉਹਨੂੰ ਭਗਤਨੀ ਅਤੇ ਸੰਤਨੀ ਦਾ ਖਿਤਾਬ ਦਿੱਤਾ ਸੀ, ਅੱਜ ਉਹਨੂੰ ਸੇਂਟ ਜੁਆਨ ਆਫ ਆਰਕ ਕਹਿੰਦੇ ਨੇ, ਉਹਦਾ ਨਾਮ ਹੀ ਸੀ। ਇੰਨੀਆਂ ਇੰਨੀਆਂ ਹਸਤੀਆਂ ਦੇ ਵਿੱਚੋਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਹਿਸਟਰੀ ਬਾਰੇ, ਇਸ ਸਰਵੇਖਣ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਮਹਾਨ ਸ਼ਖਸੀਅਤ ਮੰਨਿਆ ਜਾਂਦਾ, ਅਤੇ ਸਾਡੇ ਲਈ ਮਾਣ ਵਾਲੀ ਗੱਲ ਜਿਹੜੀ ਹੈਗੀ ਆ ਉਹ ਤਾਂ ਹੈਗੀ ਆ, ਪਰ ਮੰਨਿਆ ਇਸ ਕਰਕੇ ਗਿਆ ਕਿ ਸਾਰਿਆਂ ਨੇ ਕਿਹਾ ਜੀ ਉਹ ਇਹੋ ਜਿਹਾ ਬੰਦਾ ਸੀ ਜਿਹਨੇ ਆਪਣੀਆਂ ਪੁਰਾਤਨ ਰਵਾਇਤਾਂ ਵੀ ਕਾਇਮ ਰੱਖੀਆਂ, ਅਤੇ ਉਸ ਰਵਾਇਤਾਂ ਦੇ ਨਾਲ ਨਾਲ ਯੂਰਪ ਦੀ ਜਿਹੜੀ ਬਹੁਤ ਵਿਕਸਿਤ ਮਿਲਟਰੀ ਟੈਕਨੀਕ ਸੀ ਉਹਨੂੰ ਨਾਲ ਲਿਆ ਕੇ ਕਈ ਹੋਰ ਮਾਮਲਿਆਂ 'ਚ ਇੱਥੇ ਲਿਆ ਕੇ ਰਾਜ ਨੂੰ ਇਹੋ ਜਿਹਾ ਰੂਪ ਦਿੱਤਾ ਕਿ ਉਹ ਦੁਨੀਆ ਦੇ ਪੱਧਰ ਦਾ ਰਾਜ ਬਣ ਗਿਆ ਸੀ। ਲਾਹੌਰ ਦਾ ਰਾਜ ਜਿਹਦੇ ਵਿੱਚ ਪੰਜਾਬ ਵੀ ਪੂਰਾ ਨਹੀਂ, ਆ ਸਿੱਖ ਰਿਆਸਤ ਤਾਂ ਬਾਹਰ ਸੀ ਗਿਆ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਮਲੇਰਕੋਟਲਾ, ਇਹ ਕਿੰਨੀਆਂ ਸਾਰੀਆਂ ਰਿਆਸਤਾਂ ਬਾਹਰ ਸਨ, ਪੰਜਾਬ ਵੀ ਪੂਰਾ ਨਹੀਂ ਸੀ, ਪਰ ਜਿੰਨਾ ਉਹਦੇ ਕੋਲ ਸੀਗਾ ਉਹ ਵੀ ਉਹਨੇ ਜੇ ਦੁਨੀਆ ਦੇ ਪੱਧਰ ਦਾ ਬਣਾ ਦਿੱਤਾ ਸੀ, ਅਤੇ ਇਸ ਵੇਲੇ ਦੁਨੀਆ ਨੂੰ ਮੰਨਣਾ ਪਿਆ। ਇਹ ਨਹੀਂ ਕਿ ਸਰਵੇ 'ਚ ਕੁਝ ਲਿਹਾਜ ਹੋਇਆ, 38% ਤੋਂ ਵੱਧ ਵੋਟਾਂ ਨੇ ਇਕੱਲੇ ਮਹਾਰਾਜਾ ਰਣਜੀਤ ਸਿੰਘ ਵਾਸਤੇ ਵੋਟ ਕੀਤੀ ਹੈ ਉਹਨਾਂ ਨੇ, ਅਤੇ ਉਹਦੇ 'ਚੋਂ ਜੋ ਕੁਛ ਹੋਇਆ ਇਹਦੇ ਲਈ ਸਮੁੱਚੇ ਤੌਰ 'ਤੇ ਪੰਜਾਬੀਆਂ ਨੂੰ ਵਧਾਈ ਦੇਣੀ ਬਣਦੀ ਹੈ ਜੀ। ਇਕਮਨ ਸਾਹਿਬ, ਅੱਜ ਟਕਰਾਅ ਹੋਇਆ ਜੀ ਦਰਬਾਰ ਸਾਹਿਬ ਦੇ ਕੋਲ, ਕਿਉਂਕਿ ਉੱਥੇ ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ ਜਿਹੜਾ ਸੀ ਉਹ ਰਿਲੀਜ਼ ਕੀਤਾ ਜਾਣਾ ਸੀਗਾ, ਹਾਲਾਂਕਿ ਉਹਦੀ ਇਨਫੋਰਮੇਸ਼ਨ ਕਹਿੰਦੇ ਕਿ ਪਹਿਲਾਂ ਦਿੱਤੀ ਸੀ, ਪਰ ਟਾਸਕ ਫੋਰਸ ਨੇ ਇਤਰਾਜ਼ ਕੀਤਾ ਕਿਉਂਕਿ ਕੈਲੰਡਰ ਦੇ ਉੱਪਰ ਪਾਕਿਸਤਾਨ ਦਾ ਧੰਨਵਾਦ ਕੀਤਾ ਗਿਆ ਸੀ, ਅਤੇ ਇਹ ਵੀ ਸੁਣ ਚਾਹੁੰਦਾ ਕਿ ਜੀ ਕਿ ਇਮਰਾਨ ਖਾਨ ਦੀ ਅਤੇ ਫੋਟੋ ਵੀ ਸੀਗੀ। ਹਾਲਾਂਕਿ ਦਲ ਖਾਲਸਾ ਵੱਲੋਂ ਕਹਿਣਾ ਇਹ ਹੈ ਜੀ ਕਿ ਵੀ ਕਿਉਂਕਿ ਸਿੱਖ ਇੱਕ ਨਿਆਰੀ ਕੌਮ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜਾ ਸਾਡਾ ਵੱਖਰਾ ਕੈਲੰਡਰ ਆ 2003 ਤੋਂ ਬਣਿਆ ਉਹਨੂੰ ਜਿਉਂ ਦਾ ਤਿਉਂ ਬਹਾਲ ਕੀਤਾ ਜਾਵੇ, ਅਤੇ ਇਸ ਕਰਕੇ ਅਸੀਂ ਇਹ ਸਾਰਾ ਕੁਛ ਕੀਤਾ। ਤੁਸੀਂ ਕਿਵੇਂ ਦੇਖਦੇ ਹਾਂ? ਜਿਹਨੇ ਵੱਖਰਾ ਕੈਲੰਡਰ ਤਿਆਰ ਕੀਤਾ ਸੀ ਪਾਲ ਸਿੰਘ ਪੁਰੇਵਾਲ ਨੇ ਜੀ, ਹੁਣ ਤਾਂ ਕੋਈ ਪੁੱਛਦਾ ਹੀ ਨਹੀਂ, ਉਹ ਤਾਂ ਅੰਮ੍ਰਿਤਸਰ ਆਇਆ ਅਤੇ ਬੇਇੱਜ਼ਤੀ ਕਰਕੇ ਤੋੜ ਦਿੱਤਾ ਸੀ। ਉਹ ਗੁਣੀ ਗਿਆਨੀ ਬੰਦਾ ਜਿੰਨੀ ਮਿਹਨਤ ਨਾਲ ਉਹਨੇ ਤਿਆਰ ਕੀਤਾ, ਮੈਂ ਤਾਂ ਐਡਮਿੰਟਨ 'ਚ ਉਹਦੀ ਲਾਇਬ੍ਰੇਰੀ ਵੇਖ ਕੇ ਆਇਆ, ਉਹਦਾ ਜਿੱਡਾ ਉੱਤੇ ਘਰ ਆ ਉੱਡੀ ਥੱਲੇ ਬੇਸਮੈਂਟ 'ਚ ਲਾਇਬ੍ਰੇਰੀ ਆ, ਦੁਨੀਆ ਭਰ ਦੇ ਕੈਲੰਡਰ ਉਹਦੇ ਕੋਲ ਆ, ਉਹ ਸਾਰਾ ਕੁਝ ਇਹਨਾਂ ਨੂੰ ਕੀ ਪਤਾ ਉਹਨੇ ਕਿੱਦਾਂ ਤਿਆਰ ਕੀਤਾ ਸੀ। ਇੱਥੇ ਹੁਣ ਉਸ ਕੈਲੰਡਰ ਨੂੰ ਲਿਆਂਦਾ ਗਿਆ, ਪਹਿਲਾਂ ਤਾਂ ਪਾਸ ਕਰਨ ਤੋਂ ਰੌਲਾ ਪੈ ਗਿਆ, ਫਿਰ ਜਦੋਂ ਪ੍ਰਵਾਨ ਕਰ ਲਿਆ ਖਾਲਸੇ ਵਾਸਤੇ, ਅਤੇ ਅਗਲੀ ਵਾਰੀ ਜਿਹੜਾ ਪਹਿਲਾਂ ਹੀ 10ਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਉਣਾ ਸੀ ਉਦੋਂ ਰੇੜਕਾ ਪੈ ਗਿਆ। ਬੀਬੀ ਜਗੀਰ ਕੌਰ ਪ੍ਰਧਾਨ ਸੀ, ਇਹਨਾਂ ਨੇ ਜਿਹੜਾ ਉਸ ਵਕਤ ਨਗਰ ਕੀਰਤਨ ਲੈ ਕੇ ਜਾਣਾ ਸੀ ਸ਼ਹਿਰ 'ਚ, ਉਸ ਨਗਰ ਕੀਰਤਨ ਦੇ ਮੌਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਉਦੋਂ ਗਿਆਨੀ ਪੂਰਨ ਸਿੰਘ, ਉਹਨੇ ਨਾਲ ਜਾਣ ਤੋਂ ਨਾਂਹ ਕਰਤੀ ਕਿ ਮੈਂ ਇਸ ਕੈਲੰਡਰ ਨੂੰ ਮੰਨਦਾ ਨਹੀਂ। ਗਿਆਨੀ ਪੂਰਨ ਸਿੰਘ ਨੇ ਨਗਰ ਕੀਰਤਨ ਸ਼ੁਰੂ ਕੀਤਾ, ਅਤੇ ਬੀਬੀ ਜਗੀਰ ਕੌਰ ਦੇ ਜ਼ੋਰ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਲਕੀ ਦੇਣ ਤੋਂ ਇਨਕਾਰ ਕਰਤਾ ਸੀ, ਇਹ ਦੋਵੇਂ ਅੱਡੋ ਅੱਡ ਹੋ ਗਏ। ਫਿਰ ਉਹ ਨਾਨਕਸ਼ਾਹੀ ਕੈਲੰਡਰ ਸੋਧਿਆ ਗਿਆ ਜੀ, ਸੋਧਣ ਤੋਂ ਬਾਅਦ ਕਹਿੰਦੇ ਜੀ ਅਜੇ ਵੀ ਫਰਕ ਰਹਿ ਗਿਆ, ਫਿਰ ਦੂਜੀ ਵਾਰ ਸੋਧਿਆ ਗਿਆ,
ਫਿਰ ਤੀਜੀ ਵਾਰੀ ਸੋਧਣ ਲੱਗੇ ਅਤੇ ਕਿਸੇ ਨੇ ਆਖਿਆ ਜੀ ਹੁਣ ਇੰਨੀ ਵਾਰ ਕਾਹਨੂੰ ਸੋਧਦੇ ਹਾਂ, ਇਹਨੂੰ ਉੱਦਾਂ ਹੀ ਸੋਧਾ ਲਾ ਦਿਓ, ਸੋਧਾ ਲਾ ਦਿਓ ਅਤੇ ਮਤਲਬ ਸਿੱਖਾਂ ਦੀ ਬੋਲੀ 'ਚ ਹੁੰਦਾ ਕੇ ਕਤਲ ਕਰ ਦਿਓ ਜੀ। ਜਦੋਂ ਤੀਜੀ ਵਾਰੀ ਇੱਥੋਂ ਤੱਕ ਗੱਲਾਂ ਚਲੀਆਂ ਗਈਆਂ ਕਿ ਹੁਣ ਦਲ ਖਾਲਸਾ ਦੱਸ ਦੇਵੇ ਕਿ ਪਹਿਲਾ ਮੁੱਢਲਾ ਨਾਨਕ ਸ਼ਾਹੀ ਕੈਲੰਡਰ ਵਰਤਣ ਲੱਗੇ ਨੇ, ਦੂਜਾ ਕਿ ਤੀਜਾ ਕਿਹੜਾ ਇਹਨਾਂ ਕੋਲ। ਇੱਥੇ ਪੰਜਾਬ ਦੇ ਵਿੱਚ ਅੱਧੇ ਗੁਰਦੁਆਰੇ ਪਹਿਲਾ ਵਰਤਦੇ ਨੇ, ਅੱਧੇ ਦੂਜਾ ਵਰਤਦੇ ਨੇ, ਕੁਛ ਜੇ ਤੀਜਾ ਵੀ ਵਰਤੀ ਫਿਰਦੇ ਨੇ। ਕਿਸੇ ਨੂੰ ਕੋਈ ਪਤਾ ਨਹੀਂ ਕੌਣ ਕੀ ਕਰਦਾ ਪਿਆ। ਅਕਾਲ ਤਖ਼ਤ ਦੀ ਮਰਿਆਦਾ ਹੋਰ ਆ ਜੀ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਦੀ ਹੈ। ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਇਹ ਪਰਮਜੀਤ ਸਿੰਘ ਸਰਨੇ ਹੋ ਰਹੀ ਹੁੰਦੇ ਸੀ ਉਦੋਂ ਕਹਿੰਦੇ ਸੋਧਿਆ ਨਹੀਂ ਜੀ, ਅਸੀਂ ਮੂਲ ਨਾਨਕ ਸ਼ਾਹੀ ਕੈਲੰਡਰ ਲਵਾਂਗੇ, ਬਾਅਦ 'ਚ ਦੂਜਿਆਂ ਨੇ ਦੂਸਰਾ ਮੰਨ ਲਿਆ। ਪਾਕਿਸਤਾਨ ਦੇ ਵਿੱਚ ਉਹ ਆ ਜਿਹੜਾ ਪਹਿਲਾਂ ਮੁੱਢਲਾ ਕੈਲੰਡਰ ਸੀ। ਵਿਦੇਸ਼ਾਂ ਦੀਆਂ ਕਮੇਟੀਆਂ 'ਚ ਕੋਈ ਮੁੱਢਲਾ ਕੈਲੰਡਰ ਮੰਨਦੀ ਹੈ, ਕੋਈ ਦੂਜਾ, ਇਸ ਕੈਲੰਡਰ ਦੇ ਨਾਲ ਰੇੜਕਾ ਪਾ ਲਿਆ ਗਿਆ, ਇਹਦਾ ਕਿਤੇ ਕੋਈ ਨਿਪਟਾਰਾ ਤਾਂ ਕਰ ਲੈਣ। ਹੁਣ ਇਹ ਚਲੇ ਗਏ ਅਸੀਂ ਆਪਣਾ ਕੈਲੰਡਰ ਜਾਰੀ ਕਰਨਾ, ਉਹਨੇ ਆਖਿਆ ਅਸੀਂ ਕਰਨ ਨਹੀਂ ਦੇਣਾ। ਇਸ ਕੈਲੰਡਰ ਦੇ ਵਿੱਚ ਜੇ ਇਹਨਾਂ ਨੇ ਪਾਕਿਸਤਾਨ ਦੀਆਂ ਫੋਟੋ ਅਤੇ ਉਹ ਸਾਰਾ ਕੁਝ ਜਿਸ ਤਰ੍ਹਾਂ ਬਣਾਇਆ, ਉਹਦੇ ਨਾਲ ਕਈ ਵਾਰੀ ਲੱਗਦਾ ਇਹ ਹੁੰਦਾ ਕਿ ਜਿਵੇਂ ਬਦੋ ਬਦੀ ਵਾਦ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਆ। ਕੁਝ ਸਮਝੌਤੇ ਦੀਆਂ, ਕੁਝ ਸਹਿਮਤੀ ਦੀਆਂ ਗੱਲਾਂ ਲੱਭਣੀਆਂ ਚਾਹੀਦੀਆਂ। ਜੇ ਹਰ ਵਾਰੀ ਇਸ ਤਰ੍ਹਾਂ ਹੀ ਹੋਵੇ ਤਾਂ ਫਿਰ ਨਤੀਜਾ ਤਾਂ ਇੱਕੋ ਹੀ ਹੁੰਦਾ ਕਿ ਉੱਥੇ ਇਹ ਕਹਿੰਦੇ ਅਸੀਂ ਕਰਨਾ, ਦੂਜੇ ਕਹਿੰਦੇ ਅਸੀਂ ਕਰ ਨਹੀਂ ਦੇਣਾ, ਫਿਰ ਇੱਕ ਦੂਸਰੇ ਦੇ ਜਾ ਕੇ ਧੱਕੋ ਧੱਕੀ, ਅਤੇ ਕਦੇ ਕਦੇ ਫਿਰ ਪੱਗੋ ਹੱਥੀ ਵੀ ਹੋ ਜਾਂਦੇ ਆ, ਕਦੇ ਕਦੇ ਕਿਰਪਾਨਾਂ ਵੀ ਲਿਸਕ ਜਾਂਦੀਆਂ। ਅਤੇ ਚੰਗਾ ਥੋੜ੍ਹਾ ਲੱਗਦਾ, ਸਾਰੀ ਦੁਨੀਆ ਦੇ ਸਾਹਮਣੇ ਆਪਣੀ ਮਿੱਟੀ ਆਪੇ ਪਲੀਤ ਕਰਨ ਵਾਲੇ ਪਾਸੇ ਨੂੰ ਤੁਰੇ ਪਏ ਨੇ। ਜੋ ਵੀ ਕਰਨਾ ਕੁਝ ਸਹਿਮਤੀ ਹੋ ਜਾਣੀ ਚਾਹੀਦੀ, ਜੇ ਉਹ ਕਰਨ ਵੀ ਲੱਗੇ ਸੀ ਇਹ ਕਰ ਲੈਣ ਦਿੰਦੇ। ਇਹਨਾਂ ਇੱਥੇ ਬਥੇਰੇ ਕੰਮ ਅੱਗੇ ਹੁੰਦੇ ਰਹੇ ਆ, ਉਹ ਹੁਣ ਐਸ ਇੱਕ ਕੈਲੰਡਰ ਦੇ ਜਾਰੀ ਹੋਣ ਨਾਲ ਕਿੰਨਾ ਕੁ ਇੱਥੇ ਕੋਈ ਭੁਚਾਲਾ ਚੱਲਿਆ ਸੀਗਾ। ਜਾਂ ਤਾਂ ਅੱਗੇ ਕਦੇ ਨਾ ਇੱਥੇ ਹੋਇਆ ਹੋਵੇ, ਉੱਦਾਂ ਦਲ ਖਾਲਸਾ ਵਾਲਿਆਂ ਨੇ ਵੀ ਜਿਹੜਾ ਢੰਗ ਫੜਦਾ ਉਹਦੇ 'ਚ ਕਈ ਲੋਕ ਉਹਨਾਂ 'ਤੇ ਵੀ ਇਤਰਾਜ਼ ਕਰਦੇ, ਅਤੇ ਜੇ ਇਤਰਾਜ਼ ਉਹਨਾਂ 'ਤੇ ਕਰਦੇ ਇਤਰਾਜ਼ ਅਕਾਲ ਤਖ਼ਤ ਦੇ ਜਥੇਦਾਰ 'ਤੇ ਵੀ ਹੋਣ ਡੇ। ਇੱਥੇ ਹੈ ਕਿਹੜਾ ਜਿਹਤੇ ਕੋਈ ਇਤਰਾਜ਼ ਨਹੀਂ ਹੁੰਦਾ, ਘੱਟੋ ਘੱਟ ਲੋਕਾਂ ਸਾਹਮਣੇ ਆ ਜਲੂਸ ਨਹੀਂ ਨਿਕਲਣਾ ਚਾਹੀਦਾ ਜਿਹੜਾ ਕਢਾਉਂਦੇ ਪਏ ਨੇ ਜੀ। ਵੈਸੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਤਾਂ ਮੇਰੇ ਖਿਆਲ ਇੱਕ ਨਵੇਂ ਦਿਨ ਦੇ ਨਾਲ ਕੋਈ ਨਾ ਕੋਈ ਨਵਾਂ ਮੁੱਦਾ ਆ ਜਾਂਦਾ, ਕਦੀ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮੁੱਦਾ, ਫਿਰ ਉਹਦੇ ਵਿੱਚ ਹੀ ਆਏ ਦਲ ਖਾਲਸਾ ਵਾਲਾ। ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮੁੱਦਾ ਜੀ, ਅਸੀਂ ਇਹ ਸਮਝਦੇ ਹਾਂ ਕਿ ਰਣਜੀਤ ਸਿੰਘ ਢੱਡਰੀਆਂ ਨੇ ਮੁੱਦਾ ਉਠਾਇਆ ਅਤੇ ਇਹ ਉਸਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ, ਉਹਦਾ ਸਾਹਮਣਾ ਨਹੀਂ ਕਰ ਰਿਹਾ। ਪਰ ਜਿਹੜੀ ਉਹਨੇ 5 ਮੈਂਬਰੀ ਕਮੇਟੀ ਬਣਾਈ ਅਕਾਲ ਤਖ਼ਤ ਦੇ ਜਥੇਦਾਰ ਨੇ, ਜੇ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਸਮਝਦਾ ਕਿ ਮੇਰੇ ਪੱਲੇ ਸੱਚ ਹੈ, ਜਿੰਨੇ ਜ਼ੋਰ ਨਾਲ ਜਿੰਨੇ ਦਾਅਵੇ ਨਾਲ ਉਹ ਕਹਿੰਦਾ ਕਿ ਅਕਾਲ ਤਖ਼ਤ ਦਾ ਜਥੇਦਾਰ ਮੇਰੇ ਨਾਲ ਆ ਕੇ ਬਹਿਸ ਕਰ ਲਏ, ਜਿੱਦਾਂ ਉਹ ਕਹਿੰਦਾ ਮੇਰੇ ਨਾਲ ਦਮਦਮੀ ਟਕਸਾਲ ਬਹਿਸ ਕਰ ਲਏ, ਅਤੇ ਜੇ ਇੰਨਿਆਂ ਨੂੰ ਉਹ ਚੁਣੌਤੀ ਦੇਣ ਡਿਆ, ਅਤੇ ਜਿਹੜੀ ਅਕਾਲ ਤਖ਼ਤ ਤੋਂ ਬਣੀ 5 ਮੈਂਬਰੀ ਕਮੇਟੀ ਆ ਉਹਦੇ ਸਾਹਮਣੇ ਬੈਠ ਕੇ ਗੱਲ ਕਰਨ ਦੇ ਵਿੱਚ ਉਹਨੂੰ ਕੀ ਹਰਜਾ, ਫਿਰ ਚੁਣੌਤੀ ਕਰਨੀ ਹੈ। ਉਹ ਕਹਿ ਦੇਵੇ ਜੀ ਇੱਕ ਬੰਦਾ ਲਾ ਕੇ ਖੜਾ ਕਰ ਦੇ ਕਿ ਸਾਡੀ ਜਿੰਨੀ ਗੱਲਬਾਤ ਹੋਊਗੀ ਨਾਲ ਦੀ ਨਾਲ ਪਾਈ ਜਾ ਫੇਸਬੁੱਕ 'ਤੇ ਯੂਟਿਊਬ 'ਤੇ ਪਵਾ ਦੇਵੇ, ਪਰ ਗੱਲਬਾਤ ਤੋਂ ਤਾਂ ਉਹ ਵੀ ਭੱਜ ਰਿਹਾ, ਉਹ ਦੂਸਰਿਆਂ ਨੂੰ ਕਹਿ ਰਿਹਾ। ਪਰ ਆਪ ਢੱਡਰੀਆਂ ਵਾਲਾ ਕਿਹੜਾ ਕਦੇ ਕਿਸੇ ਗੱਲਬਾਤ 'ਤੇ ਆਇਆ? ਢੱਡਰੀਆਂ ਵਾਲਾ ਅੱਜ ਤੋਂ ਨਹੀਂ, ਜਦੋਂ ਢੱਡਰੀਆਂ ਵਾਲਾ ਨਵਾਂ ਨਵਾਂ ਸ਼ੁਰੂ ਹੋਇਆ ਸੀ 20 ਸਾਲ ਪਹਿਲਾਂ, ਇਹ ਪਹਿਲੇ ਗੇੜੇ ਵਿੱਚ ਹੀ ਜਦੋਂ ਗਿਆ ਉੱਥੇ ਕੈਨੇਡਾ ਦੇ ਵਿੱਚ, ਉੱਥੇ ਜਾ ਕੇ ਜਿਹੜੀਆਂ 2-3 ਇਹਨੇ ਰੇਡੀਓ ਇੰਟਰਵਿਊ ਦਿੱਤੀਆਂ, ਇਹ ਤਾਂ ਉਹਦੇ ਵਿਵਾਦਾਂ 'ਚ ਆ ਗਿਆ ਸੀ। ਉਸ ਵਕਤ ਕਿਹੜੇ ਵਿਵਾਦ ਸਨ ਮੈਂ ਇਸ ਵੇਲੇ ਉਹਨਾਂ 'ਚ ਨਹੀਂ ਜਾਣਾ ਚਾਹੁੰਦਾ, ਪਰ ਇੱਕ ਪ੍ਰਭਾਵ ਇਹ ਹੈ ਕਿ ਢੱਡਰੀਆਂ ਵਾਲਾ ਚੁਣੌਤੀ ਦੇ ਰਿਹਾ ਅਤੇ ਇਹ ਉਹਦੀ ਚੁਣੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਨਹੀਂ ਜੀ। ਪਰ ਦੂਜੀ ਗੱਲ ਇਹ ਵੀ ਤਾਂ ਸੱਚੀ ਹੈ ਨਾ ਕਿ ਇਹਨਾਂ ਨੇ 5 ਮੈਂਬਰੀ ਕਮੇਟੀ ਬਣਾਈ, ਉਹ ਮੁੜ ਮੁੜ ਟਾਈਮ ਦਿੰਦੀ ਹੈ, ਢੱਡਰੀਆਂ ਵਾਲਾ ਵੀ ਉਹਨਾਂ ਕੋਲ ਬਹਿਣ ਨੂੰ ਤਿਆਰ ਨਹੀਂ। ਸੋ ਢੱਡਰੀਆਂ ਜਿੱਦਾਂ ਇੱਥੇ ਆ ਕਿ ਸ਼੍ਰੋਮਣੀ ਕਮੇਟੀ ਹੋਰ ਕਹਿੰਦੀ ਹੈ ਅਤੇ ਦਲ ਖਾਲਸਾ ਹੋਰ ਕਹਿੰਦਾ, ਉਸੇ ਤਰ੍ਹਾਂ ਇਹ ਹੈ ਕਿ ਅਕਾਲ ਤਖ਼ਤ ਹੋਰ ਕਹਿੰਦਾ, ਢੱਡਰੀਆਂ ਵਾਲਾ ਹੋਰ ਕਹਿੰਦਾ। ਇੱਥੇ ਤਾਂ ਮੁਸ਼ਕਲ ਇਹ ਆ ਕਿ ਇਹਨਾਂ 'ਚੋਂ ਹਰ ਕੋਈ ਇਹ ਕਹਿੰਦਾ ਕਿ ਗਿਆਨ ਦੀ ਪੰਡ ਸਿਰਫ ਮੇਰੇ ਸਿਰ 'ਤੇ ਆ, ਜੋ ਮੈਂ ਆਖੂੰਗਾ ਮੇਰੀ ਮਰਜ਼ੀ 'ਤੇ ਆ, ਸਾਰੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਆ। ਜੇ ਇਹਨਾਂ ਦੇ ਸਿਰ 'ਤੇ ਹਰ ਇੱਕ ਦੀ ਜ਼ਿੰਮੇਵਾਰੀ ਆ ਅਤੇ ਫਿਰ ਸਾਂਝੀ ਸੋਚ ਤਾਂ ਕੋਈ ਬਣਨੀ ਨਹੀਂ। ਸਾਂਝੀ ਸੋਚ ਤਾਂ ਜੋ ਫੈਸਲਾ ਸੰਗਤੀ ਹੋ ਜਾਵੇ ਉਹ 'ਚ ਬੈਠ ਕੇ ਵਿਦਵਾਨਾਂ ਦੀ ਕਮੇਟੀ ਬਣ ਜਾਵੇ, ਜਥੇਦਾਰ ਸਾਹਿਬਾਨ ਬੈਠ ਜਾਣ, ਜਿਹੜੇ ਗੁਣੀ ਗਿਆਨੀ ਬੰਦੇ ਉਹ ਬਿਠਾ ਲਏ ਜਾਣ। ਇੱਥੇ ਤਾਂ ਬਹੁਤੇ ਲੋਕ ਉਹ ਆ ਇਹਨਾਂ ਵਿਵਾਦਾਂ ਦੇ ਵਿੱਚ ਉੱਚੀ ਸੁਰ 'ਚ ਬੋਲਦੇ ਪਏ, ਜਿਨ੍ਹਾਂ ਨੂੰ ਪੁੱਛ ਲਓ 8ਵੇਂ ਗੁਰੂ ਸਾਹਿਬ ਦਾ ਨਾਂ ਕੀ ਸੀ ਅਤੇ ਉਹਨਾਂ ਨੂੰ ਇੱਕਦਮ ਯਾਦ ਨਹੀਂ ਆਉਂਦਾ, ਮੁੜ ਕੇ ਮੂੰਹ 'ਚ ਪੜਨ ਲੱਗ ਪੈਂਦੇ ਪ੍ਰਥਮ ਭਗਵਤੀ ਸਮਰ ਕੇ ਗੁਰੂ ਨਾਨਕ ਦੇਵ ਅਤੇ ਹੌਲੀ ਨਾਲ ਨਾਲ ਅਰਦਾਸ ਪੜ੍ਹੀ ਜਾਂਦੀ ਹੈ, ਨਾਲ ਪੋਟਿਆਂ ਦੇ ਗਿਣੀ ਜਾਂਦੇ ਅਤੇ 8ਵੇਂ ਗੁਰੂ ਦਾ ਨਾਂ ਆ ਜਾਵੇ ਅਤੇ ਦੱਸ ਦਿੰਦੇ ਕਿ ਫਲਾਣੇ ਗੁਰੂ ਸਾਹਿਬ ਸੀਗੇ। ਅਤੇ ਉਹ ਲੋਕ ਉੱਠ ਕੇ ਇਸ ਵੇਲੇ ਬਹਿਸ ਕਰਦੇ ਪਏ ਆ, ਬਹਿਸ ਕਰਨੀ ਆ, ਵਿਚਾਰ ਕਰਨੀ ਆ ਅਤੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਕਿਸੇ ਪਾਸੇ ਲਾ ਲੈਣੀ ਚਾਹੀਦੀ ਆ। ਆਹ ਜਿਹੜਾ ਥਾਂ ਥਾਂ ਆਪਸੀ ਟਕਰਾਅ ਹੈ, ਇਹ ਟਕਰਾਅ ਦੇ ਨਾਲ ਸਿੱਟੇ ਚੰਗੇ ਨਹੀਂ ਨਿਕਲਦੇ। ਇਹ ਟਕਰਾਅ ਦੇ ਵਿੱਚ ਕਿਸੇ ਦਿਨ ਕੱਲ੍ਹ ਨੂੰ ਕੋਈ ਵੱਡਾ ਖੂਨ ਖਰਾਬਾ ਵੀ ਹੋ ਸਕਦਾ। ਅੱਗੇ ਕਿਹੜਾ ਨਹੀਂ ਹੋਇਆ ਜੀ, ਜਦੋਂ ਢੱਡਰੀਆਂ ਵਾਲਾ ਜਾ ਰਿਹਾ ਸੀ ਅਤੇ ਦੂਸਰਿਆਂ ਰਾਜ ਘੇਰ ਕੇ ਹਮਲਾ ਕੀਤਾ, ਉਹਦੇ ਨਾਲ ਦਾ ਇੱਕ ਜਣਾ ਮਾਰਿਆ ਗਿਆ। ਪਰ ਢੱਡਰੀਆਂ ਵਾਲੇ ਨੂੰ ਇਹ ਦੱਸਣਾ ਚਾਹੀਦਾ ਕਿ ਜਦੋਂ ਉਹਦੇ ਨਾਲ ਦਾ ਮਾਰਿਆ ਗਿਆ, ਹੁਣ ਤਾਂ ਉਹ ਕਹਿੰਦਾ ਮੇਰਾ ਸਾਥੀ ਸ਼ਹੀਦ ਹੋ ਗਿਆ, ਫਿਰ ਇਹਨੇ ਸਾਥੀ ਵਾਸਤੇ ਕੀ ਕੀਤਾ? ਆਪ ਹੀ ਉੱਥੋਂ ਗੱਡੀ ਭਜਾ ਕੇ ਲੈ ਗਿਆ।
ਪਰ ਇੱਦਾਂ ਨਹੀਂ ਲੱਗਦਾ ਪੁਨਸਭ ਕਿ ਵੀ ਇਹ ਸਾਰੀ ਤਾਰ ਘੁੰਮ ਘੁੰਮਾ ਕੇ ਕਿਸੇ ਰਾਜਨੀਤੀ ਵਾਲੇ ਪਾਸਿਓਂ ਹਿਲਦੀ ਹੈ, ਕਿਉਂਕਿ ਮਸਲੇ ਧਾਰਮਿਕ ਜਾਪਦੇ ਆ ਪਰ ਹੈ ਰਾਜਨੀਤੀ। ਇਹ ਤਾਂ ਗੱਲ ਹੀ ਸਿੱਧੀ ਜੀ ਆ, ਢੱਡਰੀਆਂ ਵਾਲੇ ਤੋਂ ਪਹਿਲਾਂ ਇਹਨੇ ਬਿਨ ਇਹਦੇ ਨਾਲ ਮਿਲਦੀ ਸ਼ਕਲ ਵਾਲਾ ਇੱਕ ਨੌਜਵਾਨ ਉਹਨੂੰ ਸੰਤ ਬਣਾ ਕੇ ਪੇਸ਼ ਕੀਤਾ ਸੀ ਅਕਾਲੀਆਂ ਨੇ ਜੀ, ਬੜਾ ਚੁੱਕੀ ਫਿਰਦੇ ਸੀ, ਉਹਦੇ ਨਾਲ 10-12 ਬੰਦੂਕਾਂ ਵਾਲੇ ਹੁੰਦੇ ਸੀ, ਸਰਕਾਰੀ ਵੀ ਗੈਰ ਸਰਕਾਰੀ ਵੀ। ਇੱਕ ਵਾਰੀ ਕਿਤੇ ਉਹਦੇ ਕੋਲ ਇੱਕ ਵੱਡਾ ਸਿਆਸੀ ਲੀਡਰ ਅਕਾਲੀਆਂ ਦਾ ਗਿਆ, ਉਹਨੇ ਆਖਿਆ ਮੈਂ ਅੱਜ ਵਿਹਲਾ ਨਹੀਂ, ਵੇਟ ਕਰ ਲਓ। ਵੇਟ ਕਰਦੇ ਅੱਧਾ ਘੰਟਾ ਲੱਗ ਗਿਆ, ਇਹਨਾਂ ਨੇ ਆਖਿਆ ਇਹ ਨਹੀਂ ਠੀਕ ਬਹਿੰਦਾ, ਹੁਣ ਆਪਾਂ ਦੂਜਾ ਤਿਆਰ ਕਰੀਏ। ਫਿਰ ਉਦੋਂ ਢੱਡਰੀਆਂ ਵਾਲੇ ਨੂੰ ਅਚਾਨਕ ਚੁੱਕਿਆ ਗਿਆ ਸੀ, ਢੱਡਰੀਆਂ ਵਾਲਾ ਤਾਂ ਉਹ ਤਾਂ ਕਿੱਥੇ ਨਹੀਂ ਸੀ, ਇਹ ਉਹਦੇ ਨਾਲ ਵੀ ਉੱਚੀ ਸੁਰ 'ਚ ਗਾਉਣ ਵਾਲਾ, ਇਹਨੂੰ ਰਾਗਾਂ ਦੀ ਵੀ ਸਮਝ ਸੀ, ਇਹਨੂੰ ਕਈ ਕੁਛ ਪੜ੍ਹਨ ਦਾ ਵੀ ਗਿਆਨ ਸੀ, ਇਹ ਉਹਦੇ ਨਾਲ ਜ਼ਿਆਦਾ ਤੇਜ਼ੀ ਨਾਲ ਚਮਕਿਆ। ਪਰ ਟਕਰਾਅ ਤਾਂ ਫਿਰ ਰਾਜਨੀਤੀ ਦਾ ਸੀ, ਉਹ ਰਾਜਨੀਤੀ ਦਾ ਟਕਰਾਅ ਹੌਲੀ ਹੌਲੀ ਤੁਰਦਿਆਂ ਤੁਰਦਿਆਂ ਧਾਰਮਿਕ ਮੁੱਦਿਆਂ 'ਤੇ ਆ ਗਿਆ। ਪਿੱਛੇ ਪਿੱਠ ਪਿੱਛੇ ਜਿਹੜੀ ਰਾਜਨੀਤੀ ਹੈ ਉਹ ਤਾਂ ਉਦੋਂ ਵੀ ਹੈਗੀ ਸੀ, ਉਹ ਅੱਜ ਵੀ ਹੈਗੀ ਆ, ਅਤੇ ਅੱਗੋਂ ਵੀ ਇਹ ਰਾਜਨੀਤੀ ਦੇ ਅੱਗੇ ਕਈ ਪਵਾੜੇ ਪੰਜਾਬ 'ਚ ਪਾਏ ਹੋਏ ਆ, ਹੋਰ ਪਵਾੜੇ ਪਾ ਸਕਦੀ ਹੈ। ਮੈਂ ਤਾਂ ਹੀ ਕਹਿੰਦਾ ਕਿ ਇੱਕ ਤਰੀਕਾ ਹੁੰਦਾ ਕਿ ਜਿਹੜਾ ਗੁਰੂ ਸਾਹਿਬ ਨੇ ਆਖਿਆ ਸੀਗਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਇ, ਇਕੱਠੇ ਹੋ ਕੇ ਬੈਠ ਜਾਓ, ਦੁਬਿਧਾ ਦੂਰ ਕਰ ਲਓ। ਜੇ ਦੁਬਿਧਾ ਦੂਰ ਨਹੀਂ ਹੁੰਦੀ, ਉਹ ਕਹਿਣਗੇ ਅਸੀਂ ਸੱਚੇ, ਉਹ ਕਹਿਣਗੇ ਅਸੀਂ ਸੱਚੇ, ਨਿਬੇੜਾ ਕਿੱਥੇ ਜਾ ਕੇ ਹੋਏਗਾ? ਅੱਜ ਦੇ ਯੁੱਗ ਵਿੱਚ ਨਿਬੇੜਾ ਕਰਨ ਵਾਸਤੇ ਤਾਂ ਇੱਕੋ ਤਰੀਕਾ ਕਿ ਗੋਸ਼ਟ ਕੀਤੀ ਜਾਵੇ। ਜੇ ਗੁਰੂ ਨਾਨਕ ਸਾਹਿਬ ਜਾ ਕੇ ਸਿੱਧਾਂ ਦੇ ਨਾਲ ਗੋਸ਼ਟ ਕਰ ਸਕਦੇ, ਧਾਰਮਿਕ ਮਾਮਲਾ, ਵਿੱਦਿਅਕ ਮਾਮਲਾ, ਉਸ ਮਾਮਲੇ 'ਤੇ ਗੋਸ਼ਟ ਹੋ ਜਾਣੀ ਚਾਹੀਦੀ ਸੀ ਜੀ। ਪਰ ਜੇ ਕੋਈ ਕਰੇ ਤਾਂ ਹੈ ਨਾ, ਤੁਸੀਂ ਸਮਾਂ ਕੱਢਿਆ ਪੰਜ ਸਾਹਿਬ ਬਹੁਤ ਤਬਾਹ ਜੀ। ਇਸ ਦੇ ਨਾਲ ਇਸ ਮੁੱਦੇ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ, ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾ ਵਾਲੇ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।